ਦੇਖੋ ਅੱਜ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿੱਚ ਦੋਵੇਂ ਫੋਰਮਾਂ ਦੀ ਵੱਡੀ ਲੀਡਰਸ਼ਿਪ ਹਾਜ਼ਰ ਆ। ਉਹਨਾਂ ਜਿਹੜਾ ਸ਼ਹੀਦ ਸੁਭਕਰਨ ਜੀ ਆ ਉਹਨਾਂ ਦੇ ਅਸਥੀ ਕਲਸ਼ ਜਿਹੜੇ ਨੇ ਅੱਜ 21 ਇੱਥੋਂ ਲੈ ਕੇ ਗੱਡੀਆਂ ਵਿੱਚ ਰੱਖੇ ਗਏ ਨੇ। ਹੁਣ ਅਸੀਂ ਇਹ ਦੋਵਾਂ ਬਾਰਡਰਾਂ ਵੱਲ ਖਨੌਰੀ ਅਤੇ ਸ਼ੰਭੂ ਵਾਲੇ ਗੱਡੀਆਂ ਰਵਾਨਾ ਕਰਾਂਗੇ। ਉੱਥੋਂ ਕੱਲ੍ਹ ਨੂੰ ਇਹ ਦੋਵਾਂ ਬਾਰਡਰਾਂ ਤੋਂ ਹਰਿਆਣਾ ਦੀ ਜਿਹੜੀ ਪਿੰਡ ਪਿੰਡ ਯਾਤਰਾ ਬਹੁਤ ਸ਼ੁਰੂ ਹੋ ਜਾਊਗੀ। ਇਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਆਏ ਨੇ ਉਹਨਾਂ ਨੂੰ ਅਸੀਂ ਦੇ ਜਾਵਾਂਗੇ। ਪੂਰੇ ਦੇਸ਼ ਭਰ ਵਿੱਚ ਇਹ ਜਾਊਗੀ। ਇਹਦਾ ਮੁੱਖ ਮਕਸਦ ਕੀ ਹੋਊਗਾ ਵੀ ਕੀ ਜਿਹੜਾ ਰਾਜਧਾਨੀ ਵਿੱਚ ਜਾ ਕੇ ਅੰਦੋਲਨ ਕਰਨਾ ਹੀ ਗੁਨਾਹ ਸੀਗਾ ਸਾਡਾ, ਕਿ ਜਿਹੜੀਆਂ ਪੈਂਡਿੰਗ ਮੰਗਾਂ ਰਹਿੰਦੀਆਂ ਸੀ ਉਹਨਾਂ ਨੂੰ ਮੰਗ ਕਰਨਾ ਸਾਡਾ ਗੁਨਾਹ ਸੀਗਾ। ਇਸ ਕਰਕੇ ਸਾਡਾ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰੀ ਸਰਕਾਰ ਨੇ, ਇਸ ਕਰਕੇ ਜਿਹੜੇ 400 ਕਿਸਾਨ ਆ ਜ਼ਖਮੀ ਕੀਤੇ ਹੈਗੇ। ਤੋ ਇਹ ਸਵਾਲ ਪੂਰੇ ਭਾਰਤ ਦੇ ਪਿੰਡਾਂ ਕਸਬਿਆਂ ਗਲੀਆਂ ਕੂਚਿਆਂ ਤੱਕ ਉਠਾਏ ਜਾਣਗੇ। ਔਰ ਇਸ ਗੱਲ ਦਾ ਜਵਾਬ ਤਾਂ ਮੋਦੀ ਸਰਕਾਰ ਨੂੰ ਜਦੋਂ ਉਹਨਾਂ ਨੇ ਵੀ ਲੋਕਾਂ ਦੇ ਪਿੰਡਾਂ ਵਿੱਚ ਜਾਣਾ ਕਸਬਿਆਂ ਜਾਣਾ, ਲੋਕ ਜਵਾਬ ਬਖੂਬੀ ਦੇਣਗੇ। ਔਰ ਸ਼ਹੀਦ ਦੇ ਦਰਸ਼ਨ ਵੀ ਸਾਰਾ ਦੇਸ਼ ਕਰਨਾ ਚਾਹੁੰਦਾ, ਜਾਣਨਾ ਚਾਹੁੰਦਾ ਸਾਡੀ ਗੱਲਬਾਤ ਨੂੰ। ਤੋ ਇਹ ਜਿਹੜਾ ਸਾਡਾ ਕੰਮ ਸੀਗਾ ਅੱਜ ਆਰੰਭ ਹੋਇਆ ਵਾ। ਧੰਨਵਾਦ। ਕਲਸ਼ ਯਾਤਰਾ ਕਿੱਥੇ ਨਿਕਲੀਆਂ ਤੇ ਕਿੰਨੇ ਕਲਸ਼ ਬਣਾਏ ਗਏ ਨੇ? ਹਾਂਜੀ, ਅੱਜ ਆਪਣਾ ਸ਼ਹੀਦ ਸੁਭਕਰਨ ਦੀ ਜਿਹੜੀ ਸਰੀਰ ਦੀ ਮਿੱਟੀ ਹੈ, ਇੱਕ ਮਿੰਟ ਰੁਕ ਲਿਆ, ਸਰੀਰ ਦੀ ਜਿਹੜੀ ਮਿੱਟੀ ਆ ਉਹ 21 ਕਲਸ਼ ਤਿਆਰ ਕਰਕੇ ਸਾਰੇ ਸੂਬਿਆਂ ਦੇ ਵਿੱਚ ਜਿੰਨੇ ਵੀ ਭਾਰਤ ਦੇ ਸੂਬੇ ਹੈ ਸਾਰਿਆਂ ਦੇ ਵਿੱਚ ਇੱਥੋਂ ਕਲਸ਼ ਯਾਤਰਾ ਤੁਰੀ ਗਈ ਹੈ। ਇਹ ਅੱਜ ਸ਼ਾਮ ਤੱਕ ਦੋਨੇ ਬਾਰਡਰਾਂ ਤੇ, ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਾਰੇ ਕਲਸ਼ ਜਾ ਵੜਨਗੇ। ਉੱਥੋਂ ਜਿਹੜੇ ਬਾਕੀ ਸੂਬਿਆਂ ਵਾਲੇ ਜਿਹੜੇ ਆਗੂ ਹੈ ਉਹ ਉੱਥੋਂ ਉਹਨਾਂ ਨੂੰ ਸਪਲਾਈ ਹੋਊਗੀ। ਤੇ ਇਹ 22 ਤਰੀਕ ਨੂੰ ਵੱਡਾ ਇਕੱਠ ਹੋਊਗਾ ਹਰਿਆਣੇ 'ਚ ਹਿਸਾਰ ਜ਼ਿਲ੍ਹੇ 'ਚ ਪਿਓ ਮਾਜਰਾ ਪਿੰਡ ਹੈ, ਤੇ ਦੂਜਾ ਜਿਹੜਾ ਮੋੜਾ ਮੰਡੀ ਹੋਊਗਾ 31 ਤਰੀਕ ਨੂੰ। ਇਵੇਂ ਹਫ਼ਤੇ ਹਫ਼ਤੇ ਬਾਅਦ ਸਾਰੇ ਜਿਹੜਾ ਇਹ ਜਿੰਨਾ ਚਿਰ ਸਾਰੇ ਸੂਬਿਆਂ ਦੇ ਵਿੱਚ ਭਾਵੇਂ ਮਹੀਨਾ ਲੱਗੇ 2 ਮਹੀਨੇ ਲੱਗੇ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਇਹ ਕਲਸ਼ ਯਾਤਰਾ ਤੋਰੀ ਜਾਊਗੀ। ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੱਸਿਆ ਜਾਊਗਾ ਵੀ ਇਹ ਜਿਹੜੇ ਸ਼ਹੀਦ ਹੈ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਦੀ ਖਾਤਰ ਸ਼ਹੀਦ ਹੋਏ, ਆਪਦੇ ਕੋਈ ਨਿੱਜੀ ਕੰਮ ਦੀ ਖਾਤਰ ਨਹੀਂ ਸ਼ਹੀਦ ਹੋਏ। ਤੇ ਸਰਕਾਰ ਨੂੰ ਜਿਹੜਾ ਹੈਗਾ ਬੀਜੇਪੀ ਸਰਕਾਰ ਹੈ, ਸੈਂਟਰ ਦੀ ਸਰਕਾਰ ਹੈ ਜਾਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ, ਹਰਿਆਣੇ ਦੀ ਸਰਕਾਰ ਹੈ, ਉਹਨਾਂ ਨੂੰ ਲੋਕਾਂ ਨੂੰ ਕਿਹਾ ਜਾਊਗਾ ਵੀ ਇਹਨਾਂ ਤੋਂ ਪੁੱਛਿਆ ਜਾਵੇ, ਸਵਾਲ ਪੁੱਛੋ ਘੇਰ ਕੇ ਇਹਨਾਂ ਨੂੰ ਵੀ ਜਿਹੜੇ ਇਹ ਨੌਜਵਾਨ ਸੁਭਕਰਨ ਹੈ ਜਾਂ ਜਿਹੜੇ ਬਾਕੀ 7 ਸ਼ਹੀਦ ਹੈ ਉਹਨਾਂ ਦਾ ਦੋਸ਼ ਕੀ ਸੀ, ਉਹਨਾਂ ਦਾ ਕਸੂਰ ਕੀ ਸੀਗਾ ਜਿਹਦੇ ਕਰਕੇ ਇਹਨਾਂ ਦੀਆਂ ਜਾਨਾਂ ਲੱਗੀਆਂ ਗਈਆਂ, ਉਹਨਾਂ ਨੂੰ ਲਾਜਵਾਬ ਕੀਤਾ ਜਾਊਗਾ, ਉਹਨਾਂ ਦੀ ਘੇਰਾਬੰਦੀ ਕੀਤੀ ਜਾਊਗੀ, ਉਹਨਾਂ ਨੂੰ ਮਜਬੂਰ ਕੀਤਾ ਜਾਊਗਾ ਵੀ ਉਹ ਇਹਦਾ ਪਛਤਾਵਾ ਕਰਨ, ਇਹਦੀ ਮਾਫੀ ਮੰਗਣ। ਇਹ ਸਾਰਾ ਜਿਹੜਾ ਕਲਸ਼ ਯਾਤਰਾ ਦਾ ਉਦੇਸ਼ ਹੋਊਗਾ ਜੀ। ਦੇਖੋ ਅੱਜ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿੱਚ ਦੋਵੇਂ ਫੋਰਮਾਂ ਦੀ ਵੱਡੀ ਲੀਡਰਸ਼ਿਪ ਹਾਜ਼ਰ ਆ। ਉਹਨਾਂ ਜਿਹੜਾ ਸ਼ਹੀਦ ਸੁਭਕਰਨ ਜੀ ਆ ਉਹਨਾਂ ਦੇ ਅਸਥੀ ਕਲਸ਼ ਜਿਹੜੇ ਨੇ ਅੱਜ 21 ਇੱਥੋਂ ਲੈ ਕੇ ਗੱਡੀਆਂ ਵਿੱਚ ਰੱਖੇ ਗਏ ਨੇ। ਹੁਣ ਅਸੀਂ ਇਹ ਦੋਵਾਂ ਬਾਰਡਰਾਂ ਵੱਲ ਖਨੌਰੀ ਅਤੇ ਸ਼ੰਭੂ ਵਾਲੇ ਗੱਡੀਆਂ ਰਵਾਨਾ ਕਰਾਂਗੇ। ਉੱਥੋਂ ਕੱਲ੍ਹ ਨੂੰ ਇਹ ਦੋਵਾਂ ਬਾਰਡਰਾਂ ਤੋਂ ਹਰਿਆਣਾ ਦੀ ਜਿਹੜੀ ਪਿੰਡ ਪਿੰਡ ਯਾਤਰਾ ਬਹੁਤ ਸ਼ੁਰੂ ਹੋ ਜਾਊਗੀ। ਇਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਆਏ ਨੇ ਉਹਨਾਂ ਨੂੰ ਅਸੀਂ ਦੇ ਜਾਵਾਂਗੇ। ਪੂਰੇ ਦੇਸ਼ ਭਰ ਵਿੱਚ ਇਹ ਜਾਊਗੀ। ਇਹਦਾ ਮੁੱਖ ਮਕਸਦ ਕੀ ਹੋਊਗਾ ਵੀ ਕੀ ਜਿਹੜਾ ਰਾਜਧਾਨੀ ਵਿੱਚ ਜਾ ਕੇ ਅੰਦੋਲਨ ਕਰਨਾ ਹੀ ਗੁਨਾਹ ਸੀਗਾ ਸਾਡਾ, ਕਿ ਜਿਹੜੀਆਂ ਪੈਂਡਿੰਗ ਮੰਗਾਂ ਰਹਿੰਦੀਆਂ ਸੀ ਉਹਨਾਂ ਨੂੰ ਮੰਗ ਕਰਨਾ ਸਾਡਾ ਗੁਨਾਹ ਸੀਗਾ। ਇਸ ਕਰਕੇ ਸਾਡਾ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰੀ ਸਰਕਾਰ ਨੇ, ਇਸ ਕਰਕੇ ਜਿਹੜੇ 400 ਕਿਸਾਨ ਆ ਜ਼ਖਮੀ ਕੀਤੇ ਹੈਗੇ। ਤੋ ਇਹ ਸਵਾਲ ਪੂਰੇ ਭਾਰਤ ਦੇ ਪਿੰਡਾਂ ਕਸਬਿਆਂ ਗਲੀਆਂ ਕੂਚਿਆਂ ਤੱਕ ਉਠਾਏ ਜਾਣਗੇ। ਔਰ ਇਸ ਗੱਲ ਦਾ ਜਵਾਬ ਤਾਂ ਮੋਦੀ ਸਰਕਾਰ ਨੂੰ ਜਦੋਂ ਉਹਨਾਂ ਨੇ ਵੀ ਲੋਕਾਂ ਦੇ ਪਿੰਡਾਂ ਵਿੱਚ ਜਾਣਾ ਕਸਬਿਆਂ ਜਾਣਾ, ਲੋਕ ਜਵਾਬ ਬਖੂਬੀ ਦੇਣਗੇ। ਔਰ ਸ਼ਹੀਦ ਦੇ ਦਰਸ਼ਨ ਵੀ ਸਾਰਾ ਦੇਸ਼ ਕਰਨਾ ਚਾਹੁੰਦਾ, ਜਾਣਨਾ ਚਾਹੁੰਦਾ ਸਾਡੀ ਗੱਲਬਾਤ ਨੂੰ। ਤੋ ਇਹ ਜਿਹੜਾ ਸਾਡਾ ਕੰਮ ਸੀਗਾ ਅੱਜ ਆਰੰਭ ਹੋਇਆ ਵਾ। ਧੰਨਵਾਦ।